ਤਰ ਲਓ ਖਰਚਾ, ਪੰਮਾ ਬਾਈ ਜੀ ਆ ਗਏ ਨੇ। ਵਾਸ਼ਿੰਗ ਪਾਊਡਰ ਪੰਮਾ ਹੋਰਤੀ ਵੰਡੀ ਇੱਕ ਜੀਪ ਕਾਲੀ ਹੋਵੇ ਨੀ ਸਪੀਡ 40 ਬੀਟ ਇੰਟੈਂਸ ਵਾਲੀ ਫੇਰ ਗਮ ਸੈਟਿਆ। Hey guys, welcome back to our channel ਜਿਹਦਾ ਨਾਮ ਪੰਜਾਬੀ ਰੀਅਲ ਟੀਵੀ ਤੇ ਮੈਂ ਆ ਤੁਹਾਡਾ ਦੋਸਤ ਅਨਮੀਤ ਸਿੰਘ। ਅੱਜ ਆਪਾਂ ਦੇਖਾਂਗੇ ਇੱਕ ਪੰਜਾਬੀ ਟ੍ਰੇਲਰ ਵਾਰਨਿੰਗ 2 ਗਿੱਪੀ ਗਰੇਵਾਲ ਤੇ ਪ੍ਰਿੰਸ ਕਵਲਜੀਤ ਬਾਈ ਹੋਰਾਂ ਦੀ ਆਉਣ ਵਾਲੀ ਇੱਕ ਫਿਲਮ, ਉਹਦਾ ਟ੍ਰੇਲਰ। ਉਹਦੇ ਟ੍ਰੇਲਰ ਤੇ ਕਰਾਂਗੇ ਰਿਐਕਸ਼ਨ ਐਂਡ ਰਿਵਿਊ। ਜਿਨ੍ਹਾਂ ਨੇ ਪਹਿਲੀ ਵਾਰਨਿੰਗ ਦੇਖੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਬਹੁਤ ਹੀ ਲਾਜਵਾਬ ਅਤੇ ਖਤਰਨਾਕ ਕਿਸਮ ਦੀ ਇਹ ਫਿਲਮ ਸੀਗੀ, ਅਤੇ ਜਿਹੜਾ ਹੁਣ ਇਹਦਾ ਸੈਕਿੰਡ ਪਾਰਟ ਆ ਗਿਆ ਵੀ ਉਹਦਾ ਵੀ ਆਪਾਂ ਟ੍ਰੇਲਰ ਦੇਖਦੇ ਹਾਂ ਤੁਹਾਡੇ ਨਾਲ। ਸੋ ਚੈਨਲ ਨੂੰ ਸਬਸਕ੍ਰਾਈਬ ਕਰਿਓ। ਐਂਡ ਇਸ ਚੈਨਲ ਦੇ ਮੋਸਟਲੀ ਜ਼ਿਆਦਾਤਰ ਪਾਕਿਸਤਾਨੀ ਰਿਐਕਸ਼ਨ ਕੀਤੇ ਜਾਂਦੇ ਆ, ਲੇਕਿਨ ਵਿੱਚ ਵਿੱਚ ਜਿਹੜੀਆਂ ਪੰਜਾਬੀ ਆਪਣੀਆਂ ਇੱਧਰਲੀਆਂ ਫਿਲਮਾਂ ਉਹਦੇ 'ਤੇ ਵੀ ਟ੍ਰੇਲਰਸ 'ਤੇ ਜਿਹੜਾ ਰਿਐਕਸ਼ਨ ਕੀਤਾ ਜਾਂਦਾ, ਗਾਣਿਆਂ ਦੀ ਰਿਐਕਸ਼ਨ ਕੀਤਾ ਜਾਂਦਾ। ਸੋ ਸਬਸਕ੍ਰਾਈਬ ਕਰ ਲਓ ਐਂਡ ਆਪਣੀ ਸਪੋਰਟ ਸਾਨੂੰ ਦਿਖਾਉਂਦੇ ਰਹੋ। ਸੋ ਵੀਡੀਓ ਕਰਦੇ ਬਿਨਾਂ ਕਿਸੇ ਤੋਂ ਸ਼ੁਰੂ। ਰਿਐਕਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਆਪਣਾ ਇੱਕ ਪੋਡਕਾਸਟ ਚੈਨਲ ਹੈ ਜਿਹਦੇ 'ਤੇ ਆਪਾਂ ਪੋਡਕਾਸਟ ਐਪੀਸੋਡਸ ਅਪਲੋਡ ਕਰਦੇ ਹਾਂ। ਰੀਸੈਂਟਲੀ ਜਰਨੈਲ ਸਿੰਘ ਭਾਜੀ ਨਾਲ ਕੀਤਾ ਸੀ ਇੱਕ ਪੋਡਕਾਸਟ, ਬਹੁਤ ਸੋਹਣੀਆਂ ਉਹਨਾਂ ਨੇ ਗੱਲਾਂ ਕੀਤੀਆਂ, ਅਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਦੇ ਨਾਲ ਆਪਾਂ ਪੋਡਕਾਸਟ ਕੀਤਾ। ਹਰਮਿੰਦਰ ਦੁੱਲੋਵਾਲ ਆਏ ਸੀਗੇ, ਅਤੇ ਆਪਣਾ ਸਿੱਖ ਟਰੈਵਲਰ ਬਾਈ ਨੂਰ ਜ਼ੋਰਾ, ਠੀਕ ਹੈ, ਅਤੇ ਹੋਰ ਵੀ ਨੂਰ ਜ਼ੋਰਾ ਸੀ, ਮਿਲਣ ਹੰਸ, ਹਰਫ ਫਾਰਮਰ। ਸੋ ਇਹਨਾਂ ਕਾਫੀ ਸਾਰਿਆਂ ਨਾਲ ਆਪਾਂ ਪੋਡਕਾਸਟ ਕੀਤੇ। ਆਕਾਸ਼ ਘੁੰਮਣ ਬਾਈ, ਆਕਾਸ਼ ਬਾਈ ਨਾਲ ਪੋਡਕਾਸਟ ਕੀਤਾ ਹੋਇਆ, ਅਤੇ ਜਾ ਕੇ ਦੇਖਿਓ ਇਸ ਚੈਨਲ ਨੂੰ, ਸਪੋਰਟ ਦਿਖਾਇਓ, ਆਪਣੀ ਤੁਹਾਡੀ ਸਪੋਰਟ ਦੀ ਲੋੜ ਹੈ। ਸੋ ਆਓ ਹੁਣ ਰਿਐਕਸ਼ਨ ਕਰਦੇ ਹਾਂ ਟ੍ਰੇਲਰ 'ਤੇ। ਓਏ ਇੱਕ ਮਿੰਟ, ਇਹ ਗੰਨ ਕਿਹੜੀ ਲਈ ਸੀ ਇਹਨੇ? ਕੁਛ ਵੱਖਰਾ ਹੀ ਸੀਗਾ। ਓਹੋ ਕਿਹੜੀ ਗੰਨ ਆ ਬਈ ਇਹ? ਮੈਨੂੰ ਨਹੀਂ ਇਹਦੇ ਬਾਰੇ ਪਤਾ ਹੈ। ਵਾਰਨਿੰਗ, ਮੇਰੇ ਵਾਲੇ ਮੰਜੇ 'ਤੇ ਤਾਂ ਨਹੀਂ ਬੈਠੇ? ਤਰ ਲਓ ਖਰਚਾ, ਪੰਮਾ ਬਾਈ ਜੀ ਆ ਗਏ ਨੇ। ਗੇਜੇ ਨੇ ਸੱਚੀ ਇੰਨੇ ਬੰਦੇ ਮਾਰੇ? ਜਿੱਦਾਂ ਹੀ ਗੇਜਾ ਨਿਕਲਿਆ ਕਾਲ ਕੋਠੜੀ ਚੋਂ ਬਾਹਰ, ਜਿਹਨੂੰ ਉਹ ਮਾਰਨਾ ਹੈ ਉਹ ਬੰਦਾ ਪੱਕਾ ਯਮਲੋਕ। ਕਿਉਂ ਭੰਮਿਆ? ਚੁਣ ਛਣਾ, ਤੂੰ ਇਹਨੂੰ ਪੁੱਛ ਲੈ ਵੀ ਗੇਜਾ ਚਾਹ ਕਿਵੇਂ ਪੀਂਦਾ, ਤੈਨੂੰ ਉਹਦੇ ਸੜੂਕੇ 'ਚ ਹੀ ਡਰਾ ਦੂ। ਮੈਂ ਕਿਹੜਾ ਗੇਜੇ ਨਾਲੋਂ ਘੱਟ ਹਾਂ? ਜੱਗਾ ਠੋਕਿਆ, ਬਾਈ ਜੀ ਮਾਰਿਆ, ਲੀਲੀ ਫੀਲੀ ਬੜਕਾਏ, ਤਾਂ ਹੀ ਤਾਂ ਕਹਿੰਦੇ ਆ ਵਾਸ਼ਿੰਗ ਪਾਊਡਰ ਪੰਮਾ। ਇਹ ਆ ਸਿਟੀ, ਇਹ 15-16 ਤਰ੍ਹਾਂ ਦੀਆਂ ਸਿਟੀਆਂ ਵਜਾ ਲੈਂਦਾ। ਜਿਹੜੀ ਸਿਟੀ ਇਹਦੀ ਮੈਂ ਵਜਾਉਣੀ ਆ, ਉਹ ਨਹੀਂ ਇਹਨੂੰ ਆਉਂਦੀ। ਡਾਇਲੌਗ ਦੀਆਂ ਫੈਸਲਾ ਚਾਨਣ ਦਾ ਦੇਵਾ ਉਹੀ ਬਲੂ ਜਿਹਦੇ ਚ ਦਮ ਹੋ। ਇਹਨਾਂ ਖਤਰਨਾਕ ਕੈਦੀਆਂ ਨੂੰ ਪੰਜਾਬ ਤੋਂ ਰਾਜਸਥਾਨ ਜੇਲ੍ਹ ਸ਼ਿਫਟ ਕਰਨਾ ਪੈਣਾ। ਸਰ ਇਹਨਾਂ ਕੈਦੀਆਂ ਨੂੰ ਤਾਂ ਫਿਰ ਇੱਕੋ ਹੀ ਬੰਦਾ ਲਿਜਾ ਸਕਦਾ, ਰਣਜੀਤ ਸਿੰਘ। ਓ ਰਣਜੀਤ ਸਿੰਘ, ਠੀਕ ਹੈ। ਹੋਰਤੀ, ਬੇਵਕੂਫ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਵਕਤ ਨਾਲ ਬੰਦਾ ਬਦਲ ਜਾਂਦਾ, ਵੇਖ ਆਪਾਂ ਕਿੰਨੇ ਚਿਰ ਬਾਅਦ ਮਿਲੇ ਆ। ਨਾ ਤੂੰ ਬਦਲਿਆ, ਨਾ ਮੈਂ ਬਦਲਿਆ, ਨਾ ਮੈਂ ਬਦਲਿਆ। ਸ਼ੁਕਰ ਕਰ ਤੂੰ ਗੋਲੀ ਨਾਲ ਮਰ ਗਿਆ, ਨਹੀਂ ਤੇਰੇ ਗੁਲਾਬੀ ਕੱਛਾ ਪਵਾ ਕੇ ਉਹਦੇ ਪਿੱਛੇ ਲਿਖਾਉਣਾ ਸੀਗਾ ਜੀ ਆਇਆਂ ਨੂੰ। ਆ ਸੀ ਟ੍ਰੇਲਰ। Oh!
ਪੰਜਾਬੀ ਫਿਲਮ ਦੀ ਪਹਿਲੀ ਵਾਰੀ ਇਹਦਾ ਕੁਝ ਦੇਖਿਆ ਬਾਈ। ਓਕੇ ਇਹਦਾ ਸੌਫਟ ਪਾਰਟ ਵੀ ਹੈ ਕੋਈ। ਜੇਕਰ ਬਾਲੀਵੁੱਡ ਦੇ ਕੋਲ ਆਮਿਰ ਖਾਨ ਹੈ ਨਾ ਮਿਸਟਰ ਪਰਫੈਕਸ਼ਨਿਸਟ, ਤੇ ਸਾਡੇ ਕੋਲ ਗਿੱਪੀ ਗਰੇਵਾਲ ਹੈ। ਗਿੱਪੀ ਗਰੇਵਾਲ ਬਾਈ ਦਾ ਸੱਚ ਇੱਕ ਗੱਲ ਤੁਸੀਂ ਨੋਟ ਕੀਤੀ ਕਿ ਗਿੱਪੀ ਗਰੇਵਾਲ ਦਾ ਇੱਕ ਸਿੰਗਲ ਡਾਇਲੋਗ ਨਹੀਂ ਹੈਗਾ ਪੂਰੇ ਟ੍ਰੇਲਰ ਦੇ ਵਿੱਚ, ਨਹੀਂ ਰੱਖਿਆ ਇਹਨਾਂ ਨੇ। ਮੈਨੂੰ ਨਹੀਂ ਪਤਾ ਕਿਉਂ ਨਹੀਂ ਰੱਖਿਆ, ਪਰ ਇਹ ਇੱਕ ਵੱਖਰੀ ਚੀਜ਼ ਹੋਈ ਹੈ। ਪ੍ਰਿੰਸ ਕਵਲਜੀਤ ਬਾਈ ਦੇ ਡਾਇਲੋਗ, ਆਈ ਥਿੰਕ ਡਾਇਲੋਗਸ ਵੀ ਉਹਨਾਂ ਨੇ ਲਿਖੇ ਹੋਣੇ ਆ। ਸਟੋਰੀ ਲਿਖੀ ਹੈ ਗਿੱਪੀ ਗਰੇਵਾਲ ਬਾਈ ਨੇ, ਪ੍ਰੋਡਿਊਸ ਉਹਨਾਂ ਨੇ ਕੀਤੀ ਹੈ। ਦੇਖੋ ਪਰਫੈਕਸ਼ਨ ਦੇਖੋ ਯਾਰ ਕਿੰਨੀ ਜ਼ਬਰਦਸਤ ਹੈ। ਮੈਨੂੰ ਲੱਗਦਾ ਇਹੋ ਜਿਹਾ ਟ੍ਰੇਲਰ ਕਦੇ ਨਹੀਂ ਬਣਿਆ ਹੋਣਾ ਆਪਣੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ, ਠੀਕ ਹੈ। ਜੇਕਰ ਪਾਕਿਸਤਾਨ ਵਾਲੇ ਪੰਜਾਬ ਦੀ ਗੱਲ ਕਰੀਏ ਤਾਂ ਲੀਜੈਂਡ ਆਫ ਮੌਲਾ ਜੱਟ ਜਿਹੜੀ ਫਿਲਮ ਹੈ ਉਹ ਹੁਣ ਤੱਕ ਦੀ ਮਤਲਬ ਇੱਕ ਇਹੋ ਜਿਹੀ ਪੰਜਾਬੀ ਫਿਲਮ ਕਹਿ ਸਕਦੇ ਹਾਂ ਜਿਹਨੇ ਸਾਰਿਆਂ ਨੂੰ ਖੁਸ਼ ਕਰਤਾ, ਠੀਕ ਹੈ। ਅਤੇ ਹੋ ਸਕਦਾ ਦੂਜੀ ਫਿਲਮ ਆ ਬਣ ਜਾਵੇ, ਕਿਉਂਕਿ ਇਹਦੇ ਵਿੱਚ ਜਿਹੜਾ ਜੋ ਐਕਸ਼ਨ ਹੈ, ਜੋ ਮਾਰਕਾਟ ਹੈ, ਜੋ ਇਹਨਾਂ ਨੇ ਬੋਲਡ ਸੀਨ ਇੱਕ ਤਰ੍ਹਾਂ ਦੇ ਅਡਲਟ ਨਹੀਂ ਕਹਿ ਸਕਦੇ, ਮਤਲਬ ਕੀ ਕਹਿੰਦੇ ਹੁੰਦੇ ਆ ਉਹਨਾਂ ਨੂੰ ਯਾਰ, ਮਾਰਕਾਟ ਵਾਲੇ ਖੂਨ ਖਰਾਬੇ ਵਾਲੇ ਜਿਹੜੇ ਸੀਨ ਹੁੰਦੇ ਆ, ਅਤੇ ਉਹ ਇਹਨਾਂ ਨੇ ਮਤਲਬ ਜਿਸ ਢੰਗ ਨਾਲ ਇਹਨਾਂ ਨੇ ਰੀਪ੍ਰਜੈਂਟ ਕੀਤੇ ਆ ਬਹੁਤ ਹੀ ਸੋਹਣੇ ਕੀਤੇ ਆ, ਬਹੁਤ ਹੀ ਜ਼ਿਆਦਾ ਸੋਹਣੇ। ਮਤਲਬ ਉਹਦੇ 'ਚ ਇੰਨੀ ਕੁ ਜ਼ਿਆਦਾ ਕਲੈਰਿਟੀ ਹੈ, ਉਹਦੇ 'ਚ ਇੰਨੀ ਡੈਪਥ ਹੈ, ਇੰਨੀ ਉਹ ਰੀਅਲ ਲੱਗ ਰਹੇ ਹੈ ਨਾ, ਇੰਨੇ ਹਰ ਚੀਜ਼ ਬਹੁਤ ਜ਼ਬਰਦਸਤ ਹੈ। ਵੀ ਐਫ ਐਕਸ ਵਿੱਚ ਯੂਜ਼ ਕੀਤਾ ਇਹਨਾਂ ਨੇ ਜਦੋਂ ਵੈਨ ਨੂੰ ਮਿਜ਼ਾਈਲ ਮਾਰ ਕੇ ਉਡਾ ਰਹੇ ਹੈ, ਅਤੇ ਉਹ ਵੀ ਇਹਨਾਂ ਨੇ ਬਹੁਤ ਸੋਹਣਾ ਜਿਹੜਾ ਉਸ ਚੀਜ਼ ਨੂੰ ਲਗਾਇਆ। ਐਂਡ 'ਤੇ ਜਦੋਂ ਕੀ ਨਾਮ ਕੁੜੀ ਦਾ, ਜੈਸਮੀਨ ਆ ਸ਼ਾਇਦ, ਅਤੇ ਉਹ ਜਦੋਂ ਮਤਲਬ ਗਿੱਪੀ ਗਰੇਵਾਲ ਨਾਲ ਆਉਂਦੀ ਹੈ ਤਾਂ ਕੁਛ ਸ਼ਾਇਦ ਉਹ ਦੇਖ ਰਹੀ ਹੈ ਕਿ ਕਿਸੇ ਦਾ ਕਤਲ ਹੋਇਆ ਪਿਆ, ਉਹ ਮਾਂ ਕਹਿੰਦਾ ਗਿੱਪੀ ਗਰੇਵਾਲ ਸ਼ਾਇਦ ਹੈ ਨਾ, ਅਤੇ ਕੁਛ ਹੋ ਸਕਦਾ ਕੋਈ ਫਾਂਸੀ ਲਈ ਪਈ ਹੈ ਜਾਂ ਕੋਈ ਕਿਸੇ ਕੋਈ ਬੰਦਾ ਮਾਰ ਗਿਆ ਹੋਇਆ। ਅੱਛਾ ਉਸ ਟਾਈਮ ਤੁਸੀਂ ਇਹ ਦੇਖੋ ਸਲੋ ਮੋਸ਼ਨ 'ਚ ਗਿੱਪੀ ਗਰੇਵਾਲ ਭੱਜ ਰਿਹਾ, ਐਂਡ ਗਿੱਪੀ ਗਰੇਵਾਲ ਦੇ ਲਿਟਰਲੀ ਜੋ ਫੇਸ਼ੀਅਲ ਐਕਸਪ੍ਰੈਸ਼ਨ ਹੈ ਨਾ ਉਹਨਾਂ ਤੋਂ ਉਹ ਦੇਖੋ ਕਿੰਨੇ ਜ਼ਬਰਦਸਤ ਹੈ ਯਾਰ, ਪਤਾ ਲੱਗਦਾ ਕਿ ਬਾਈ ਦੀ ਐਕਟਿੰਗ। ਅੱਛਾ ਬਾਈ ਕੋਮੇਡੀ ਫਿਲਮਾਂ ਕਰਦੇ ਆ, ਠੀਕ ਹੈ। ਕੋਮੇਡੀ ਫਿਲਮਾਂ ਦੇ ਵਿੱਚ ਜਿਹੜੀ ਐਕਟਿੰਗ ਹੁੰਦੀ ਹੈ ਉਹ ਲਗਭਗ ਸਾਰਿਆਂ ਦੀ ਆਪਾਂ ਨੂੰ ਸੇਮ ਲੱਗਦੀ ਹੈ, ਠੀਕ ਹੈ। ਪਰ ਜਦੋਂ ਕੋਈ ਸੀਰੀਅਸ ਫਿਲਮ ਆਉਂਦੀ ਹੈ ਨਾ, ਜਾਂ ਜਿਹਦੇ ਵਿੱਚ ਵੱਖਰੇ ਵੱਖਰੇ ਇਮੋਸ਼ਨਸ ਹੁੰਦੇ ਆ, ਡਰਾਮਾ ਹੁੰਦਾ ਹੈ, ਕਿਉਰਿਓਸਿਟੀ ਹੈ, ਠੀਕ ਹੈ, ਉਹਦੇ ਵਿੱਚ ਸਸਪੈਂਸ ਹੈ, ਥ੍ਰਿਲਰ ਹੈ, ਤਾਂ ਉਦੋਂ ਪਤਾ ਲੱਗਦਾ ਹੁੰਦਾ ਇੱਕ ਐਕਟਰ ਦੀ ਐਕਟਿੰਗ ਦਾ। ਤਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੇਕਰ ਪੰਜਾਬ ਦੇ ਵਿੱਚ ਜੇਕਰ ਕੋਈ ਸਿੰਗਰ ਵਧੀਆ ਐਕਟਰ ਬਣਿਆ ਨਾ ਤਾਂ ਉਹ ਗਿੱਪੀ ਗਰੇਵਾਲ ਹੈ। ਗਿੱਪੀ ਗਰੇਵਾਲ ਭਾਅ ਜੀ ਦੀ ਐਕਟਿੰਗ ਬਹੁਤ ਹੀ ਜ਼ਿਆਦਾ ਲਾਜਵਾਬ ਹੈ, ਠੀਕ ਹੈ। ਅਤੇ ਉਸ ਤੋਂ ਬਾਅਦ ਪੰਮਾ ਬਾਈ, ਭਾਈ ਸਾਹਿਬ ਉਹਨਾਂ ਦੇ ਡਾਇਲੋਗਸ, ਜੋ ਡਾਇਲੋਗ ਉਹਨਾਂ ਨੇ ਲਿਖੇ ਆ, ਜੋ ਬੋਲੇ ਆ, ਕਮਾਲ ਹੈ। ਮਤਲਬ ਕਹਿੰਦੇ ਆ ਮੰਜਾ, ਕਹਿੰਦੇ ਮੇਰੇ ਮੰਜੇ 'ਤੇ ਬੈਠਾ ਤਾਂ ਨਹੀਂ ਕੋਈ, ਕਹਿੰਦੇ ਚਲੋ ਫਿਰ ਚਾਹ ਧਰ ਲਓ, ਪੰਮਾ ਬਾਈ ਆ ਗਿਆ। ਅਤੇ ਇੱਦਾਂ ਦੇ ਡਾਇਲੋਗ ਦੇਖੋ ਸਾਰੇ ਇਹਨਾਂ ਦੇ ਹਿੱਟ ਹੋਣ ਵਾਲੇ ਆ। ਪ੍ਰਿੰਸ ਕਮਲਜੀਤ ਇੱਕ ਸ਼ਾਇਦ ਇਹੋ ਜਿਹਾ ਨਾਮ ਆ, ਜਿਵੇਂ ਆਪਾਂ ਕਹਿੰਦੇ ਹੁੰਦੇ ਨਾ ਕਿ ਬਾਲੀਵੁੱਡ ਦੇ ਵਿੱਚ ਮਨੋਜ ਵਾਜਪਾਈ ਹੋ ਗਏ, ਜਾਂ ਫਿਰ ਨਸੂਰਦੀਨ ਸ਼ਾਹ, ਕੀ ਨਾਮ ਸੀ ਉਹਨਾਂ ਦਾ, ਸਦੀਕੀ ਕਰਕੇ ਕੁਛ ਹੈ ਨਾ ਯਾਰ, ਇੱਕ ਮੈਨੂੰ ਨਾਮ ਨਹੀਂ ਯਾਦ ਆ ਰਿਹਾ, ਜਿਹੜੇ ਨੈਚੁਰਲ ਐਕਟਰ ਮੰਨਦੇ ਹਾਂ ਆਪਾਂ। ਉਸੇ ਤਰ੍ਹਾਂ ਆਪਣਾ ਪੰਮਾ ਬਾਈ ਹੈ, ਨੈਚੁਰਲ ਐਕਟਰ, ਠੀਕ ਹੈ। ਉਹ ਇਹਨਾਂ ਦੀ ਜਿਹੜੀ ਐਕਟਿੰਗ ਆ ਉਹ ਬਹੁਤ ਹੀ ਲਾਜਵਾਬ ਹੈ। ਅੱਛਾ ਵਿੱਚ ਜੇ ਪਿੱਛੇ ਬੈਕਗਰਾਊਂਡ ਜਿਹੜਾ ਮਿਊਜ਼ਿਕ ਚੱਲ ਰਿਹਾ ਉਹ ਵੀ ਜ਼ਬਰਦਸਤ ਆ, ਕੈਮਰਾ ਐਂਗਲਸ, ਕਲਰ ਕੁਰੈਕਸ਼ਨ ਬਹੁਤ ਸਹੀ ਹੈ। ਬਾਕੀ ਟ੍ਰੇਲਰ ਜਿਹਨੇ ਵੀ ਐਡਿਟ ਕੀਤਾ, ਜਿਨ੍ਹਾਂ ਨੇ ਟ੍ਰੇਲਰ ਕ੍ਰੀਏਟ ਕੀਤਾ, ਉਹ ਐਡੀਟਰ ਨੂੰ ਸਲਾਮ ਹੈ, ਬਹੁਤ ਸੋਹਣਾ ਐਡਿਟ ਕੀਤਾ। ਮੈਨੇਜਮੈਂਟ ਪੂਰੀ ਟੀਮ ਵਰਕ ਹੈ, ਲੇਕਿਨ ਐਡੀਟਿੰਗ ਬਹੁਤ ਵਧੀਆ ਹੋਈ ਹੈ। ਟ੍ਰੇਲਰ ਹਮੇਸ਼ਾ ਇੱਕ ਇਨਵੀਟੇਸ਼ਨ ਹੁੰਦਾ ਕਿ ਫਿਲਮ ਤੁਸੀਂ ਦੇਖਣੀ ਹੈ ਕਿ ਨਹੀਂ, ਸੋ ਲਾਜਵਾਬ ਸੀ, ਮੈਨੂੰ ਬਹੁਤ ਵਧੀਆ ਲੱਗਾ।
ਵੇਖਿਓ ਜ਼ਰੂਰ। ਹੋ ਸਕਦਾ ਪਾਕਿਸਤਾਨ ਦੇ ਵਿੱਚ ਵੀ ਫਿਲਮ ਰਿਲੀਜ਼ ਹੋ ਜਾਵੇ, ਸ਼ਾਇਦ ਥੋੜ੍ਹੇ ਟਾਈਮ ਬਾਅਦ ਹੋਵੇ, ਲੇਕਿਨ ਹੋ ਜਾਂਦੀਆਂ ਅੱਜ ਕੱਲ੍ਹ ਸਾਡੀਆਂ ਪੰਜਾਬੀ ਫਿਲਮਾਂ ਜਿਹੜੀਆਂ ਤੁਹਾਡੇ ਪਾਕਿਸਤਾਨ 'ਚ ਵੀ, ਅਤੇ ਉੱਧਰ ਵੀ ਰਿਲੀਜ਼ ਹੋਊਗੀ, ਦੇਖਿਓ ਸਾਰਿਆਂ ਨੇ ਸਪੋਰਟ ਕਰਿਓ। ਬਾਕੀ ਥੈਂਕ ਯੂ ਸੋ ਮਚ ਜਦ ਤੱਕ ਵੀਡੀਓ ਦੇਖ ਲਈ, ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਮਿਲਦੇ ਤੁਹਾਨੂੰ ਅਗਲੀ ਵੀਡੀਓ 'ਚ। ਸਤਿ ਸ਼੍ਰੀ ਅਕਾਲ।